ਹਾਂਜੀ, ਬਸ ਇਹੀ ਕਹਿਣਾ ਚਾਹਾਂਗਾ ਜੀ, ਵਿੱਕੀ ਬਾਦਸ਼ਾਹ ਜਿਹੜਾ ਟੋਪ ਦਾ ਫਨਕਾਰ ਹੈ, ਦਿਲਦਾਰ, ਜਿੰਨੀ ਤਾਰੀਫ ਕੀਤੀ ਜਾਵੇ ਉਸ ਉਹਦੀ ਕਲਾ ਦੀ, ਉਸ ਇਨਸਾਨ ਦੀ, ਉਹਦੇ ਨੇਚਰ ਦੀ ਉਨੀ ਘੱਟ ਹੈ। ਸੰਸਕਾਰ 'ਤੇ ਵੀ ਬੜੇ ਦੁਖੀ ਹਿਰਦੇ ਨਾਲ ਪਹੁੰਚੇ ਸੀ ਅੱਜ ਭੋਗ ਦੀ ਰਸਮ, ਇੱਥੇ ਲੁਧਿਆਣਾ ਸ਼ਹਿਰ 'ਚ ਸਾਰੇ ਕਲਾਕਾਰ ਵੱਲ ਉੱਥੇ ਪਹੁੰਚੇ ਹੋਏ ਆ। ਸੋ ਬੜਾ ਮਨ ਦੁਖੀ ਹੈ ਕਿ ਉਹ ਐਸਾ ਟੋਪ ਦਾ ਫਨਕਾਰ ਇੰਨੀ ਜਲਦੀ ਸਾਡੇ ਨਾਲ ਵਿਛੋੜਾ ਪਾ ਗਿਆ। ਬਸ ਇਹੀ ਕਹਿਣਾ ਚਾਹਾਂਗਾ ਕਿ ਪਰਮਾਤਮਾ ਜੀ 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 ਮੈਂ ਉਹੀ ਅੰਦਰ ਗੱਲ ਕਰਕੇ ਹਟਿਆ ਸੀ ਸਾਰਿਆਂ ਨਾਲ। ਮੈਂ ਨਜ਼ਰ ਮਾਰੀ ਹੈ ਕਿ ਕੋਈ ਵੀ ਫਨਕਾਰ ਇੱਥੇ ਪਹੁੰਚਿਆ ਨਹੀਂ, ਬਹੁਤ ਮਾੜੀ ਗੱਲ ਹੈਗੀ ਆ, ਅਤੇ ਇੱਦਾਂ ਨਹੀਂ ਹੋਣਾ ਚਾਹੀਦਾ, ਕਿਉਂਕਿ ਜਿੱਡਾ ਵੱਡਾ ਉਹ ਫਨਕਾਰ ਸੀ, ਜਿੱਡਾ ਵਧੀਆ ਪਰਫੋਰਮਰ ਸੀਗਾ, ਵੈਸੇ ਜਦੋਂ ਜਿੰਦੇ ਜੀ ਸੀ ਆਪਾਂ ਸਾਰੇ ਉਹਨੂੰ ਪਿਆਰ ਕਰਦੇ ਸੀ, ਪਰ ਅੱਜ ਉਹਦੇ ਪਰਿਵਾਰ ਨੂੰ ਹੌਸਲਾ ਦੇ ਲਈ ਪੰਜਾਬ ਦੇ ਬਹੁਤ ਸਾਰੇ ਕਲਾਕਾਰਾਂ ਨੂੰ ਪਹੁੰਚਣਾ ਚਾਹੀਦਾ ਹੈ। ਜਿਹੜੇ ਕਿ ਵੱਡੇ ਕਲਾਕਾਰ, ਕੋਈ ਹਾਦਸਾ ਹੋਇਆ ਹੋਵੇ ਤਾਂ ਸਾਰਾ ਪੰਜਾਬ ਉੱਥੇ ਪਹੁੰਚਦਾ। ਇੱਕ ਵਿੱਕੀ ਬਾਦਸ਼ਾਹ ਵੀ ਬਹੁਤ ਵੱਡਾ ਫਨਕਾਰ ਸੀਗਾ, ਸੋ ਉੱਥੇ ਜ਼ਰੂਰ ਪਹੁੰਚਣਾ ਚਾਹੀਦਾ। ਸੋ ਸਰਦਾਰ ਅਲੀ ਸਾਹਿਬ ਸਾਡੇ ਪਹੁੰਚੇ ਨੇ, ਮੈਂ ਉਹਨਾਂ ਨੂੰ ਜ਼ਰੂਰ ਕਹੂੰਗਾ ਕਿ ਇਹ ਸੰਸਕਾਰ 'ਤੇ ਵੀ ਸਾਡੇ ਵੀਰ ਹੋਣੀ ਪੂਰੇ ਪਰਿਵਾਰ ਨੂੰ ਹੌਸਲਾ ਦੇ ਪਹੁੰਚੇ ਸੀਗੇ, ਅਤੇ ਅੱਜ ਦੁੱਖ ਦੀ ਘੜੀ 'ਚ ਉਹਨਾਂ ਦੇ ਨਾਲ ਸਰਦਾਰ ਅਲੀ ਸਾਹਿਬ ਕੁਛ ਦੋ ਲਫ਼ਜ਼। ਮੈਂ ਜਦੋਂ ਸੰਸਕਾਰ ਹੋਇਆ ਸੀ ਵੀਰ ਦਾ, ਉਸ ਟਾਈਮ ਵੀ ਅਸੀਂ ਸਾਰੇ ਆਏ ਸੀਗੇ। ਲਫ਼ਜ਼ ਤਾਂ ਬੜੇ ਛੋਟੇ ਪੈ ਜਾਂਦੇ ਆ ਜੀ ਇਸ ਸਮੇਂ, ਪਰ ਇਹੀ ਕਹੂੰਗਾ ਕਿ ਇੱਕ ਬੜਾ ਵੱਡਾ ਬਾਦਸ਼ਾਹ ਗਵਈਆ ਗਵਾ ਦਿੱਤਾ ਸੀ। ਕੁਛ ਅਣਗਹਿਲੀਆਂ ਹੋ ਜਾਂਦੀਆਂ ਇਨਸਾਨ ਤੋਂ, ਇਨਸਾਨ ਹੀ ਆ ਆਖਿਰਕਾਰ, ਅਤੇ ਉਹਨੂੰ ਪਤਾ ਨਹੀਂ ਹੁੰਦਾ ਕਿ ਮੇਰੇ ਅੰਦਰ ਕੀ ਚੱਲ ਰਿਹਾ ਜਾਂ ਕੀ ਹੋ ਰਿਹਾ, ਕਦੋਂ ਕੀ ਹੋ ਜਾਣਾ, ਹੈ ਨਾ। ਸੋ ਇਸ ਕਰਕੇ ਕੁਛ ਅਣਗਹਿਲੀਆਂ ਉਹਦੇ ਤੋਂ ਵੀ ਹੋਈਆਂ, ਕੁਛ ਸਾਡੇ ਤੋਂ ਵੀ ਹੋਈਆਂ ਕਿ ਅਸੀਂ ਉਹਨੂੰ ਸਮਝਾ ਨਹੀਂ ਸਕੇ ਜਾਂ ਕੇਅਰ ਨਹੀਂ ਕਰ ਸਕੇ। ਬਿਲਕੁਲ। ਅਤੇ ਇਸ ਕਰਕੇ ਅੱਜ ਇੱਕ ਇੰਡਸਟਰੀ ਨੇ ਇੱਕ ਬਹੁਤ ਵੱਡਾ ਗਵਈਆ ਗਵਾ ਦਿੱਤਾ, ਔਰ ਦੂਸਰਾ ਇਹਦਾ ਘਾਟਾ ਮਤਲਬ ਇਕੱਲੇ ਪਰਿਵਾਰ ਨੂੰ ਨਹੀਂ ਪਿਆ, ਪਰਿਵਾਰ ਨੂੰ ਤਾਂ ਹੈ ਹੀ ਹੈ, ਉਹਦਾ ਤਾਂ ਕੋਈ ਮਤਲਬ ਆਪਾਂ ਦੁੱਖ ਦਾ ਕੋਈ ਦੇਣ ਨਹੀਂ ਦੇ ਸਕਦੇ, ਜਿੰਨਾ ਦੁੱਖ ਉਸ ਪਰਿਵਾਰ ਨੂੰ, ਉਹਨਾਂ ਧੀਆਂ ਨੂੰ ਹੈ, ਬੱਚੀਆਂ ਨੂੰ ਹੈ। ਪਰ ਮੈਂ ਜਿੱਦਾਂ ਕਾਕਾ ਵੀਰ, ਅਸੀਂ ਸਾਰੇ ਹੀ ਆਰਟਿਸਟ ਸਾਰੇ ਖੜ੍ਹੇ ਹਾਂ, ਹੋਰ ਵੀ ਬਹੁਤ ਆਰਟਿਸਟ ਆ ਰਹੇ ਨੇ, ਅਤੇ ਬੇਸਿਕਲੀ ਗੱਲ ਇਹ ਹੈ ਕਿ ਪੂਰੀ ਇੰਡਸਟਰੀ ਨੂੰ ਘਾਟਾ ਪਿਆ। ਬਿਲਕੁਲ ਜੀ, ਬਿਲਕੁਲ। ਬਾਕੀ ਬਾਦਸ਼ਾਹ ਗਵਈਆ ਸੀ, ਇਹ ਬੜਾ, ਇਹ ਤਾਂ ਇੱਕ ਕੀ ਕਹਿੰਦੇ ਨੇ, ਦੁੱਖ ਵੀ ਹੈ, ਇੱਕ ਪ੍ਰੋਫੈਸ਼ਨਲਿਜ਼ਮ ਹੋ ਗਿਆ, ਸਾਰੇ ਇੰਨੇ ਬਿਜ਼ੀ ਇੰਨਾ ਹੋ ਗਿਆ, ਮਤਲਬ ਕਿ ਸਕੈਜੂਲ ਕਿ ਪਤਾ ਹੀ ਨਹੀਂ ਲੱਗਦਾ ਕਿਸੇ ਨੂੰ ਕਿਸੇ ਦੇ ਦੁੱਖ ਦਾ ਵੀ ਕਦੋਂ ਕਿੱਥੇ ਕੀ ਹੋ ਜਾਂਦਾ। ਮੈਂ ਇਹਦੀ ਨਿਖੇਧੀ ਕਰੂੰਗਾ ਕਿ ਹਰ ਆਰਟਿਸਟ ਨੂੰ ਇਨਸਾਨੀਅਤ ਤੌਰ 'ਤੇ ਪਹੁੰਚਣਾ ਚਾਹੀਦਾ। ਬਿਲਕੁਲ ਜੀ, ਬਿਲਕੁਲ। ਇਹ ਇੱਕ ਪਰਿਵਾਰ ਹੈ, ਸਾਡੀਆਂ ਰਿਸ਼ਤੇਦਾਰੀਆਂ ਹੀ ਆਪ ਇਹੀ ਹੁੰਦੀਆਂ ਨੇ। ਜਿੱਦਾਂ ਮੈਂ ਸੂਫੀ ਗਾਉਣਾ, ਅਤੇ ਕਾਕੇ ਭਰਾ ਨੂੰ ਸਾਰਿਆਂ ਨੂੰ ਪਤਾ ਕਿ ਸਾਡੀਆਂ ਰਿਸ਼ਤੇਦਾਰੀਆਂ ਦਰਬਾਰਾਂ ਨਾਲ, ਫਕੀਰਾਂ ਨਾਲ ਰਿਸ਼ਤੇਦਾਰੀਆਂ ਨੇ, ਸੋ ਕਲਾਕਾਰਾਂ ਨਾਲ, ਸੋ ਇਹੀ ਸਭ ਤੋਂ ਵੱਡੀਆਂ ਰਿਸ਼ਤੇਦਾਰੀਆਂ ਹੁੰਦੀਆਂ ਨੇ, ਤਾਂ ਸਾਰਿਆਂ ਨੂੰ ਪਹੁੰਚਣਾ ਚਾਹੀਦਾ ਸੀ। ਆ ਵੀ ਰਹੇ ਨੇ, ਜਿੰਨੇ ਪਹੁੰਚੇ ਨੇ ਉਹ ਸਿਰ ਮੱਥੇ ਆ, ਉਹਨਾਂ ਨੂੰ ਮੈਂ ਬੜਾ ਇਸ ਚੀਜ਼ ਦੀ ਸ਼ਲਾਘਾ ਕਰਦਾ ਕਿ ਉਹ ਪਹੁੰਚੇ ਨੇ, ਜਿਹੜੇ ਨਹੀਂ ਪਹੁੰਚੇ ਉਹ ਵੀ ਖੁਸ਼ ਰਹਿਣ, ਕਿਉਂਕਿ ਵਿੱਕੀ ਪਾਤਸ਼ਾਹ ਨੇ ਤਾਂ ਵਾਪਸ ਨਹੀਂ ਆਉਣਾ, ਉਹ ਆ ਵੀ ਜਾਣ ਤਾਂ ਵੀ ਨਹੀਂ ਆਉਣਾ ਉਹਨੇ। ਮਿਹਰਬਾਨੀ।